किसान जथेबंदियों वालों शुरू किए संघर्ष का अज 16वां दिन विच शामिल हो चुका है। तो अज किसानों वालों रिलायंस के पंप जिहड़े कि बिल्कुल बंद किए हुए हैं, असी देख रहे हैं तस्वीर मलकपुर के रिलायंस के पंप दियां, जिथे किसानों वालों बिल्कुल दिन रात जिहड़ा पहरा दिता जा रहा है, किसी को भी डीजल पेट्रोल नहीं बेचन दिता जा रहा। यह तस्वीर हैं मलकपुर के पंप दियां, जिथे रिलायंस का पंप है, तुसीं देख रहे हो तस्वीर। आओ गल करते हैं गलबात इतों के जिहड़े सरपंच साहब हैं। हाँ जी, अज तुसीं पंप पेट्रोल पंप से बैठे हैं, की कहना चाहोगे? ਜਿਹੜਾ ਕਿਸਾਨੀ ਸੰਘਰਸ਼ ਆ ਜੀ, ਇਹ 16ਵੇਂ ਦਿਨ 'ਚ ਆ ਗਿਆ ਜੀ ਇਹ। ਅਤੇ ਅਸੀਂ ਸਾਰੇ ਲੋਕਲ ਸਰਪੰਚ ਆ ਜਿਹੜੇ ਜਿੰਨੇ ਵੀ ਸਾਡੇ ਕੋਲ 25 ਵੀ ਸਰਪੰਚ ਹੈ ਜੀ, ਅਸੀਂ ਲੋਕਲ, ਅਸੀਂ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ, ਅਸੀਂ ਸਾਰੇ ਕਿਸਾਨ ਹਾਂ, ਕਿਸਾਨ ਨਾਲ ਸੰਬੰਧਿਤ, ਅਸੀਂ ਕਿਸਾਨੀ ਨਾਲ ਸੰਬੰਧਿਤ ਅਸੀਂ, ਅਤੇ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਅੱਜ ਅਸੀਂ ਰਿਲਾਇੰਸ ਪੰਪ ਪਰ ਆ ਕੇ ਇੱਥੇ ਬੈਠੇ ਹਾਂ ਜੀ, ਤਾਂ ਕਿ ਕੁਛ ਸਰਕਾਰ ਨੂੰ ਪਤਾ ਲੱਗੇ ਕਿ ਸਰਕਾਰ ਦੇ ਅਦਾਰੇ ਬੰਦ ਹੋਣਗੇ ਤਾਂ ਕੁਛ ਕਰੂੰਗੀ ਉਹ। ਅਤੇ ਅਸੀਂ ਆਪਣੇ ਜਿੰਨੇ ਸਮਝਦੇ ਇੱਥੇ ਬੈਠ ਕੇ ਅਸੀਂ ਪੰਪ ਬੰਦ ਕਰਵਾਇਆ ਹੋਇਆ ਜੀ। ਹੱਕ ਦੇ ਵਿੱਚ ਕੀ ਕਹਿਣਾ ਚਾਹੁੰਦੇ ਆ? ਦੇਖੋ ਜੀ, ਮੈਂ ਤਾਂ ਕਿਸਾਨਾਂ ਦੇ ਹੱਕ 'ਚ ਇਹੀ ਕਹਿਣਾ ਚਾਹਾਂਗਾ, ਸਾਡੀ ਜਿਹੜੀ ਆਵਾਜ਼ ਆ, ਜਿਹੜੀ ਸੈਂਟਰ ਗੌਰਮੈਂਟ ਆ, ਉਹਦੇ ਕੰਨਾਂ ਤੱਕ ਪਹੁੰਚ ਚੁੱਕੀ ਆ। ਅਤੇ ਜਿਹੜਾ ਅੱਗੇ ਸੰਘਰਸ਼ ਆ, ਜੇਕਰ ਉਹ ਸਾਡੀ ਆਵਾਜ਼ ਨੂੰ ਨਹੀਂ ਸੁਣਦੇ ਤਾਂ ਸਾਡੇ ਜਿਹੜੀ ਕਿਸਾਨ ਜਥੇਬੰਦੀਆਂ ਦੇ ਮੁਤਾਬਕ ਜਿਹੜੇ ਹੋਰ ਜੋ ਵੀ ਅਸੀਂ ਐਕਸ਼ਨ ਆ ਉਹ ਆਪਾਂ ਲਵਾਂਗੇ, ਉਹਦੇ ਮੁਤਾਬਕ ਜੋ ਆਬਾਨੀ ਉਹਨਾਂ ਦੀ ਇੱਥੇ ਜਿੰਨੀ ਵੀ ਪ੍ਰੋਪਰਟੀ, ਜਿੰਨਾ ਵੀ ਬਿਜ਼ਨਸ ਆ, ਖਾਸ ਕਰਕੇ ਪੰਜਾਬ ਵਿੱਚ, ਚਾਹੇ ਛੋਟਾ ਚਾਹੇ ਵੱਡਾ, ਅਸੀਂ ਉਹਨਾਂ ਦਾ ਇੱਕ ਇੱਕ ਬਿਜ਼ਨਸ ਆ ਜਿਹੜਾ ਉਹ ਉਹਨੂੰ ਬੰਦ ਕਰਕੇ ਉਹਨੂੰ ਅਸੀਂ ਗੋਡੇ ਪੈਰੀ ਜਿਹੜੇ ਗੋਡੇ ਉਹਨਾਂ ਦੇ ਟਿਕਾ ਦੇਣੇ ਆ ਪੰਜਾਬ 'ਚੋਂ। ਬਿਲਕੁਲ ਇਹਨਾਂ ਨੂੰ ਆਪਣਾ ਜਿਹੜਾ ਹੈਗਾ ਬਿਜ਼ਨਸ ਆ ਇੱਥੋਂ ਇਕੱਠਾ ਕਰਕੇ ਬਾਹਰਲੇ ਸਟੇਟਾਂ 'ਚ ਜਾਣਾ ਪਏਗਾ, ਜੇਕਰ ਇਹਨਾਂ ਨੇ ਸਾਡਾ ਜਿਹੜਾ ਇਹ ਜੋ ਸਾਡਾ ਮੰਗ ਆ ਉਹ ਨਹੀਂ ਮੰਨਦੇ ਹੈਗੇ। ਉਹਦੇ ਵਿੱਚੋਂ ਅਸੀਂ ਅੱਜ ਇੱਕ ਇਹਨਾਂ ਦਾ ਇੱਕ ਛੋਟਾ ਜਿਹਾ ਪੰਪ ਹੈਗਾ ਮਲਕਪੁਰ ਦੇ ਲੈਸ ਦਾ, ਉਹਦੇ ਇੱਥੇ ਅੱਗੇ ਧਰਨਾ ਦਿੱਤਾ ਹੋਇਆ, ਕਿਉਂਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨਦੇ ਇਹ, ਅਸੀਂ ਇਸ ਪੰਪ 'ਤੇ ਕਿਸੇ ਨੂੰ ਵੀ ਐਂਟਰ ਨਹੀਂ ਹੋਣ ਦੇਣਾ ਜੀ। ਜੀ, ਕੀ ਕਹਿਣਾ ਚਾਹੁੰਦੇ ਹੋ ਕਿਸਾਨਾਂ ਦੇ? ਮੈਂ ਸਰਪੰਚ ਆਲਮਪੁਰ ਤੋਂ, ਅਸੀਂ ਕਿਸਾਨ ਆ ਇੱਕ, ਅਤੇ ਅਸੀਂ ਇਹਨਾਂ ਦਾ ਕਿਸਾਨ ਯੂਨੀਅਨ ਦਾ ਅਸੀਂ ਇਹਨਾਂ ਦਾ ਸਮਰਥਨ ਕਰਦੇ ਹਾਂ, ਇਸ ਕਰਕੇ ਅਸੀਂ ਇਹਨਾਂ ਦਾ ਸਾਥ ਦੇ ਕੇ ਅਸੀਂ ਪੰਪ ਬੰਦ ਕੀਤਾ ਹੋਇਆ, ਅਤੇ ਅਸੀਂ ਸੰਘਰਸ਼ ਵਿੱਚ